ਸਤਿ ਸ਼੍ਰੀ ਅਕਾਲ ਜੀ। ਇਹ ਇੱਕ ਆਪਾਂ ਰਿਸੈਪਸ਼ਨ ਲਹਿੰਗਾ ਸੂਟ ਰੈਡੀ ਕੀਤਾ। ਮੈਮ ਦਾ USA ਤੋਂ ਕਾਲ ਆਇਆ। ਮੈਮ ਕਹਿੰਦੇ ਮੈਂ ਆਪਣੇ ਨਾਲ ਸਾਰੇ ਸੂਟ ਪਾਕਿਸਤਾਨ ਤੋਂ ਰੈਡੀ ਕਰਵਾਏ ਸੀਗੇ ਅਤੇ ਉਹ ਬਿਲਕੁਲ ਵੀ ਜੋ ਮੈਂ ਐਕਸਪੈਕਟ ਕਰ ਰਹੀ ਸੀਗੀ ਉਸ ਅਕੋਰਡਿੰਗ ਨਹੀਂ ਬਣ ਕੇ ਆਏ। ਮੈਮ ਕਹਿੰਦੇ ਨਾ ਉਹਨਾਂ ਦੀ ਮੈਜ਼ਰਮੈਂਟ ਸਹੀ ਹੈ, ਨਾ ਉਹਨਾਂ ਦਾ ਫੈਬਰਿਕ ਵਧੀਆ, ਨਾ ਉਹਨਾਂ ਦਾ ਵਰਕ ਵਧੀਆ। ਮੈਮ ਕਹਿੰਦੀ ਸਾਡੀ ਘਰ ਦੀ ਮੈਰਿਜ ਹੈ ਅਤੇ 15 ਦਿਨ ਬਾਅਦ ਰਿਸੈਪਸ਼ਨ ਹੈ ਅਤੇ ਮੈਂ ਨਾ ਬਹੁਤ ਸਟ੍ਰੈਸ ਹੋਈ ਹੋਈ ਹੈ, ਮੈਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਮੈਮ ਕਹਿੰਦੇ ਮੈਂ ਤੁਹਾਡੀਆਂ ਵੀਡੀਓਜ਼ ਬਹੁਤ ਦੇਖੀਆਂ ਤਾਂ ਪਲੀਜ਼ ਤੁਸੀਂ ਨਾ ਮੈਨੂੰ ਕੋਈ ਸੂਟ ਰੈਡੀ ਕਰਕੇ ਦੇ ਦਿਓ। ਮੈਮ ਕਹਿੰਦੇ ਪੈਸਿਆਂ ਦੀ ਕੋਈ ਵੀ ਚੱਕਰ ਨਹੀਂ ਹੈਗਾ, ਜਿੰਨਾ ਤੁਸੀਂ ਕਹੋਗੇ ਉਨਾ ਲੈ ਲਿਓ, ਕਾਰੀਗਰ ਨੂੰ ਤੁਸੀਂ ਐਡਵਾਂਸ ਦੇ ਕੇ ਕਰਵਾ ਦਿਓ, ਬਟ ਮੇਰਾ ਨਾ ਪਲੀਜ਼ ਕੋਈ ਹੱਲ ਕਰਵਾ ਦਿਓ, ਮੈਂ ਨਾ ਬਹੁਤ ਜ਼ਿਆਦਾ ਫਸੀ ਹੋਈ ਹਾਂ। ਸੋ ਆਪਾਂ ਮੈਮ ਲਈ ਇਹ ਲਹਿੰਗਾ ਸੂਟ ਰੈਡੀ ਕੀਤਾ। ਇਹ ਆਪਾਂ ਸਾਟਿਨ ਔਰਗੈਂਜਾ 'ਤੇ ਰੈਡੀ ਕੀਤਾ। ਇਸ ਦਾ ਕਲਰ ਆਪਾਂ ਮੋਰ ਪੰਖੀਆ ਬਲੂ ਟੋਨ 'ਚ ਲਗਾਇਆ। ਬਹੁਤ ਹੀ ਡਿਜ਼ਾਈਨਰ ਪੀਸ ਰੈਡੀ ਹੋਇਆ। ਜਦੋਂ ਮੈਮ ਨੂੰ ਇਹ ਮੈਂ ਸੂਟ ਬਣਾ ਕੇ ਭੇਜਿਆ ਤਾਂ ਮੈਮ ਕਹਿੰਦੇ ਭਾਅ ਜੀ ਮੇਰੀ ਨਾ ਰੂਹ ਖੁਸ਼ ਹੋ ਗਈ ਸੱਚੀ। ਮੈਮ ਕਹਿੰਦੇ ਨਾ ਮੈਂ ਤੁਹਾਡੇ ਲਈ ਇੰਨੀਆਂ ਦੁਆਵਾਂ ਕਰੂੰਗੀ ਨਾ ਕਿ ਤੁਹਾਡਾ ਕੰਮ ਇੰਨਾ ਵਧੇ ਫੁੱਲੇ। ਸੋ ਮੈਮ ਨੇ ਨਾ ਇੰਨੀਆਂ ਮੈਨੂੰ ਤਾਰੀਫਾਂ ਕੀਤੀਆਂ, ਮਤਲਬ ਮੈਂ ਦੱਸ ਨਹੀਂ ਸਕਦਾ। ਅਤੇ ਜਦੋਂ ਮੈਮ ਨੂੰ ਇਹ ਲਹਿੰਗਾ ਮਿਲਿਆ ਤਾਂ ਮੈਮ ਉਹ ਉਦੋਂ ਵੀ ਜ਼ਿਆਦਾ ਖੁਸ਼ ਹੋਏ। ਮੈਮ ਕਹਿੰਦੇ ਭਾਅ ਜੀ ਤੁਸੀਂ ਨੇ ਮੇਰਾ ਦਿਨ ਬਣਾਤਾ। ਇਸ 'ਤੇ ਸਾਰਾ ਆਪਾਂ ਹੱਥ ਦੀ ਕਢਾਈ ਦਾ ਕੰਮ ਕੀਤਾ ਹੋਇਆ।